ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜੋ ਕਿ ਆਊਟ ਕਰ ਦਿੱਤਾ ਗਿਆ ਹੈ ਪੰਜਾਬ ਡੀਸੀ ਦਫ਼ਤਰ ਵੱਲੋਂ ਇਸ ਦੇ ਵਿੱਚ ਨਵੀਆਂ ਭਰਤੀਆਂ ਦੇ ਅਪਡੇਟ ਜਿਹੜੇ ਨੇ ਜੀ ਉਹ ਦਿੱਤੇ ਗਏ ਨੇ ਜਿਸ ਦੇ ਵਿੱਚ ਤੁਹਾਡੀ ਕਾਫੀ ਵਧੀਆ ਸੈਲਰੀ ਜਿਹੜੀ ਹੈ ਉਹ ਰਹੇਗੀ ਇਸ ਵਿੱਚ ਕੋਈ ਵੀ ਪੇਪਰ ਤੁਹਾਡਾ ਨਹੀਂ ਹੋਏਗਾ ਔਰ ਇਸ ਦੇ ਵਿੱਚ ਮੁੰਡੇ ਤੇ ਕੁੜੀਆਂ ਅਪਲਾਈ ਕਰ ਸਕਦੇ ਨੇ ਕਿੱਦਾਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਕੀ ਕੀ ਐਲੀਜੀਬਿਲਿਟੀ ਮੰਗੀ ਗਈ ਹੈ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪੂਰਾ ਜ਼ਰੂਰ ਦੱਸਾਂਗਾ ਔਰ ਅਗਰ ਤੁਸੀਂ ਪਹਿਲੀ ਵਾਰੀ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਦੀ ਨਾਲ ਸਾਡੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣਾ ਉਹਦੇ ਨਾਲ ਤੁਹਾਨੂੰ ਸਾਰੇ-ਸਾਰੇ ਜੌਬ ਰਿਲੇਟਿਡ ਅਪਡੇਟਸ ਰਿਕਰੂਟਮੈਂਟ ਦੇ ਸਾਰੇ ਅਪਡੇਟ ਤੁਹਾਡੇ ਮੋਬਾਈਲ ਦੇ ਵਿੱਚ ਵੀਡੀਓ ਦੇ ਰੂਪ ਦੇ ਵਿੱਚ ਤੁਹਾਨੂੰ ਮਿਲਦੇ ਰਹਿਣਗੇ ਤੇ ਤੁਸੀਂ ਸਮਾਂ ਰਹਿੰਦੇ ਇਹਨੂੰ ਅਪਲਾਈ ਕਰ ਪਾਉਗੇ ਬਹੁਤ ਸਾਰੇ ਇਦਾਂ ਦੇ ਅਪਡੇਟ ਹੁੰਦੇ ਨੇ ਜਿਹੜੇ ਕਿ ਤੁਸੀਂ ਮਿਸ ਕਰ ਜਾਂਦੇ ਹੋ ਉਹਦੇ ਲਈ ਸਿੰਪਲੀ ਤੁਸੀਂ ਗੂਗਲ ਜਾ ਕੇ ਟਾਈਪ ਕਰ ਸਕਦੇ ਹੋ clory.com ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਮਿਲ ਜਾਏਗੀ ਉੱਥੋਂ ਤੁਸੀਂ ਸਾਰੇ ਜੌਬ ਰਿਲੇਟਿਡ ਅਪਡੇਟ ਜਿਹੜੇ ਨੇ ਲੈ ਸਕਦੇ ਹੋ ਤੇ ਚੈੱਕ ਕਰਕੇ ਤੁਸੀਂ ਅਪਲਾਈ ਕਰ ਪਾਉਗੇ ਜੀ ਤੇ ਚਲੋ ਹੁਣ ਮੈਂ ਸੋ ਪਿਆਰ ਦਾ ਦਸਾਂਚਾ ਅਨਨ ਅਗਰ ਤੁਸੀਂ ਕਿਸੇ ਵੀ ਜੌਬ ਦੀ ਤਿਆਰੀ ਕਰ ਰਹੇ ਹੋ ਕਿਸੇ ਵੀ ਗਵਰਨਮੈਂਟ ਜੌਬ ਦੀ ਉਹਦੇ ਲਈ ਸਾਰੇ ਸਟੱਡੀ ਮਟੀਰੀਅਲ ਤੁਹਾਨੂੰ ਜਿਹੜਾ ਜੀ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਤੁਹਾਨੂੰ ਮਿਲ ਜੇਗਾ ਉਹ ਤੁਹਾਨੂੰ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ ਮੈਂ ਤੁਹਾਡੇ ਲਈ ਸਾਰੇ ਜੌਬ ਅਪਡੇਟ ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਸੀਗਾ ਜੀ ਅੱਜ ਦਾ ਜੌਬ ਅਪਡੇਟ ਤੇ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਦੇ ਉੱਥੇ ਆਪਾਂ ਕਰਦੇ ਜਾ ਕੇ ਡਿਟੇਲ ਦੇ ਵਿੱਚ ਗੱਲ ਸੋ ਇਹ ਜੌਬ ਅਪਡੇਟ ਜੀ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਆਊਟ ਕੀਤਾ ਗਿਆ ਜਿੱਦਾਂ ਕੀ ਤੁ ਵਿਭਾਗ ਜੋ ਕਿ ਮਰੱਬਾ ਬੰਦੀ ਸ਼ਾਖਾ ਵੱਲੋਂ ਜਾਰੀ ਕੀਤੇ ਮੈਮੂ ਨੰਬਰ 11/3/2021 ਦੇ ਮਿਤੀ 23/8/2021 ਦੇ ਜਿਲ੍ਹਾ ਪਟਿਆਲਾ ਵਿਖੇ 67 ਮਾਲ ਪਟਵਾਰੀ ਦੀਆਂ ਖਾਲੀ ਸਾਮੀਆਂ ਤੇ ਠੇਕੇ ਦੇ ਆਧਾਰ ਤੇ ਤੇ ਰਿਟਾਇਰਡ ਪਟਵਾਰੀ ਤੇ ਕਾਨੂੰਗੋਆਂ ਵਿੱਚੋਂ ਭਰਤੀ ਹੇਠ ਲਿਖੀਆਂ ਸ਼ਰਤਾਂ ਅਨੁਸਾਰ ਕੀਤੀ ਜਾਣਗੀਆਂ ਸੋ ਇਹਦੇ ਵਿੱਚ ਜਿਹੜੀਆਂ 67 ਜਿਹੜੀਆਂ ਭਰਤੀਆਂ ਨੇ ਜੀ ਉਹ ਕੀਤੀਆਂ ਜਾਣੀਆਂ ਨੇ ਜੋ ਕਿ ਮਾਲ ਪਟਵਾਰੀ ਦੀ ਤੇ ਜਿਹੜੀਆਂ ਖਾਲੀ ਸਾਮੀਆਂ ਨੇ ਉਹ ਠੇਕੇ ਦੇ ਆਧਾਰ ਤੇ ਭਰੀਆਂ ਜਾਣਗੀਆਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਟਵਾਰੀ ਦੀ ਆਲਰੇਡੀ ਭਰਤੀਆਂ ਚੱਲ ਰਹੀਆਂ ਨੇ ਆਨ ਗoing ਨੇ ਤੇ ਉਹਦੀ ਰਿਟਨ ਟੈਸਟ ਵੀ ਜਿਹੜਾ ਹੈ ਜੋ ਹੋ ਰਿਹਾ ਹੈ ਸੁੱਛ ਦੇ ਵਿੱਚ 67 ਪੋਸਟਾਂ ਹੋਰ ਜਿਹੜੀਆਂ ਨੇ ਆਊਟ ਕਰ ਦਿੱਤੀਆਂ ਗਈਆਂ ਨੇ ਇਸ ਦੇ ਵਿੱਚ ਜਿੱਦਾਂ ਕਿ ਪਹਿਲਾਂ ਤੁਹਾਨੂੰ ਦੱਸਿਆ ਸੀ ਠੇਕੇ ਦੇ ਆਧਾਰ ਤੇ ਭਰਤੀ ਹੋਣਗੀਆਂ ਜਿਹੜੀਆਂ ਦੀ ਪਟਵਾਰੀਆਂ ਤੇ ਕਾਨੂੰਗੀਆਂ ਦੀ ਜਿਹੜੀ ਸੈਲਰੀ ਰਹੇਗੀ ਜੀ 25000 ਰੁਪਏ ਪ੍ਰਤੀ ਮਹੀਨਾ ਫਿਕਸ ਤਨਖਾਹ ਰਹੇਗੀ ਮਤਲਬ ਮਿੱਥੀ ਗਈ ਹੈ ਕਿ 25000 ਰਹੇਗੀ ਇਸ ਤੋਂ ਇਲਾਵਾ ਕੋਈ ਬੈਨੀਫਿਟ ਉਹਨਾਂ ਨੂੰ ਸਰਕਾਰ ਵੱਲੋਂ ਨਹੀਂ ਦਿੱਤਾ ਜਾਏ ਇਹ ਅਰਜੀ ਦੇਣ ਵਾਲੇ ਰਿਟਾਇਰਡ ਪਟਵਾਰੀ ਕਾਨੂੰਗੋ ਦੀ ਉਮਰ ਜਿਹੜੀ ਹੈ ਜੀ 64 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸੋ ਤੁਸੀਂ ਇਹ ਅਪਲਾਈ ਕਰਨ ਤੋਂ ਪਹਿਲਾਂ ਤਿਆਰ ਰੱਖਣਾ ਕਿ 64 ਸਾਲ ਤੋਂ ਉਮਰ ਤੁਹਾਡੀ ਵੱਧ ਹੈ ਤਾਂ ਤੁਸੀਂ ਅਪਲਾਈ ਨਹੀਂ ਕਰ ਪਾਉਂਗੇ ਜੀ ਸੋ ਠੇਕੇ ਦੇ ਆਧਾਰ ਤੇ ਭਰਤੀ ਲਈ ਅਰਜੀ ਦੇਣ ਵਾਲੇ ਰਿਟਾਇਰਡ ਪਟਵਾਰੀ ਤੇ ਕਾਨੂੰਗੋ ਵਿਰੁੱਧ ਕੋਈ ਵੀ ਅਪਰਾਧਿਕ ਕੇਸ ਜਾਂ ਵਿਭਾਗੀ ਪੜਤਾਲ ਨਾ ਚੱਲ ਰਹੀ ਹੋਵੇ ਉਸ ਦਾ ਸੇਵਾ ਰਿਕਾਰਡ ਸਾਫ਼ ਸੁਥਰਾ ਹੋਣਾ ਚਾਹੀਦਾ ਸੋ ਅਗਰ ਤੁਹਾਡੇ ਅਗੇਂਸਟ ਕੋਈ ਕੇਸ ਚੱਲ ਰਿਹਾ ਹੈ ਮਤਲਬ ਹਲੇ ਪੈਂਡਿੰਗ ਹੈ ਜਾਂ ਫਿਰ ਤੁਹਾਡੇ ਉਤੇ ਕੇਸ ਹੈਗਾ ਤਾਂ ਤੁਸੀਂ ਮੁੱਕ ਵੀ ਚੁੱਕਾ ਹੈ ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਨਹੀਂ ਕਿਆ ਹੋਇਆ ਕਿ ਜਿਹੜਾ ਵੀ ਹੋਏ ਰਿਟਾਇਰਡ ਬਟਵਾਰੀ ਜਾਂ ਕਨੂਬ ਹੋਏਗਾ ਉਹਦਾ ਰਿਕਾਰਡ ਜਿਹੜਾ ਹੈ ਜੋ ਸਾਫ਼ ਸੁਥਰਾ ਹੋਣਾ ਚਾਹੀਦਾ ਥੈਟ ਮੀਨਸ ਉਹਦੇ ਅਗੇਂਸਟ ਕਿਸੇ ਤਰ੍ਹਾਂ ਦੀ ਕੋਈ ਐਫ ਆਈ ਆਰ ਜਾਂ ਕੋਈ ਕੇਸ ਜਿਹੜਾ ਹੈ ਜੀ ਉਹ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਉਹ ਇਹਦੇ ਲਈ ਐਲੀਜੀਬਲ ਨਹੀਂ ਹੋਣਗੇ ਅਪਲਾਈ ਨਹੀਂ ਕਰ ਪਾਣਗੇ ਅਗਰ ਅਪਲਾਈ ਕਰ ਵੀ ਦਿੰਦੇ ਨੇ ਤਾਂ ਉਹਨਾਂ ਦਾ ਫਾਰਮ ਜਿਹੜਾ ਹੈ ਜੀ ਉਹ ਰੱਦ ਕਰ ਦਿੱਤਾ ਜਾਏਗਾ ਸੋ ਇਹ ਭਰਤੀ ਜਿਹੜੀ ਹੈ ਜੀ 31/7/2021 22 ਜਾਂ ਇਹਨਾਂ ਸਾਮੀਆਂ ਤੇ ਰੈਗੂਲਰ ਭਰਤੀ ਹੋਣ ਮਤਲਬ ਕਿ ਇਹ ਜਿਹੜੀ ਤੁਹਾਡੀ ਭਰਤੀ ਰਹੇਗੀ 31/7/2022 ਤੱਕ ਵੈਲਿਡ ਹੋਏਗੀ ਠੇਕੇ ਦੇ ਆ है, है रेगुलर वैकेंसीज ਹੋਣਗੀਆਂ ਪਟਵਾਰੀਆਂ ਦੀਆਂ ਅਗਰ ਉਹ ਭਰੀਆਂ ਜਾਂਦੀਆਂ ਨੇ ਮਤਲਬ ਅਗਰ ਉਹਨਾਂ ਨੂੰ ਰੱਖ ਲਿਤਾ ਜਾਂਦਾ ਹੈ ਪੁਆਇੰਟ ਕਰ ਦਿੱਤਾ ਜਾਂਦਾ ਹੈ ਰੈਗੂਲਰ ਪਟਵਾਰੀਆ ਨੂੰ ਤਾਂ ਤੁਹਾਡੀ ਜਿਹੜੀ ਹੋਏਗੀ ਉਸੇ ਤਰ੍ਹਾਂ ਫੋਰਫੀਟਡ ਕਰ ਦਿੱਤੀ ਜਾਏਗੀ ਸੋ ਤਦ ਤੱਕ ਦੀ ਤੁਹਾਡੀ ਜਿਹੜੀ ਪਰਤੀਏ ਰਹੇਗੀ ਸੋ ਜੋ ਪਹਿਲਾ ਵਾਪਰੇ ਤੱਕ ਇਹ ਸਬੰਧੀ ਰਿਟਾਇਰਡ ਪਟਵਾਰੀ ਕਾਨੂੰਗੋ ਆਪਣੀ ਦਰਖਾਸਤ ਮਿਤੀ 3 9 2021 ਸ਼ਾਮ 5 ਵਜੇ ਤੱਕ ਜੋ ਕਿ ਸਦਰ ਕਾਨੂੰਗੂ ਸ਼ਾਖਾ ਕਮਰਾ ਨੰਬਰ 302 ਦੂਜੀ ਮੰਜ਼ਿਲ ਬਲਾਕ A ਮਨੀ ਸਕਤਰੇਤ ਪਟਿਆਲਾ ਵਿਖੇ ਦੇ ਸਕਦੇ ਨੇ ਸੋ ਤੁਹਾਨੂੰ ਐਡਰੈਸ ਦਿੱਤਾ ਗਿਆ ਹੈ ਜੀ ਤੁਸੀਂ ਆਪਣੀ ਰਿਟਨ ਜਿਹੜੀ ਹੈ ਜੀ ਉਹ ਦੇਣੀ ਹੈ ਉੱਥੇ ਡਾਕੂਮੈਂਟ ਜਿਹੜੇ ਹੋਣਗੇ ਔਰ ਪਲੱਸ ਇੱਕ ਹੋਰ ਨਹੀਂ ਇਹਦੇ ਵਿੱਚ ਦਰਖਾਸਤ ਦੇ ਨਾਲ ਪ੍ਰਾਰਥੀ ਵੱਲੋਂ ਸਵੈ ਕੋਸ਼ਨਾ ਜਿਹੜਾ ਪੱਤਰ ਹੋਏਗਾ ਉਹ ਵੀ ਤੁਹਾਨੂੰ ਦਿਨਾ ਦੇ ਪਏਗਾ ਕਿ ਤੁਹਾਡੇ ਵਿਰੁੱਧ ਕੋਈ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਸੁناਈ ਗਈ ਅਤੇ ਨਾ ਹੀ ਉਹਨਾਂ ਖਿਲਾਫ ਕੋਈ ਸ਼ਿਕਾਇਤ ਜਿਹੜੀ ਹੈ ਜੀ ਉਹ ਇਹਦੇ ਵਿੱਚ ਦਿੱਤੀ ਗਈ ਹੈ ਸੋ ਇਹਦੇ ਰਿਲੇਟਡ ਤੁਸੀਂ ਜਿਹੜਾ ਜੀ ਕੋਈ ਪੈਂਡਿੰਗ ਆਗਰ ਤਾਂ ਤੁਸੀਂ ਅਪਲਾਈ ਨਾ ਕਰਨਾ ਔਰ ਤੁਹਾਡੇ ਲਈ ਹਰ ਤਰ੍ਹਾਂ ਦੇ ਜੋਬ ਅਪਡੇਟ ਅਸੀਂ ਲੈ ਕੇ ਆਂਦੇ ਹੀ ਰਵਾਂਗੇ ਸੋ ਜਿੱਦਾਂ ਤੁਹਾਨੂੰ ਕੱਲ ਵੀ ਅਪਡੇਟ ਦਿੱਤਾ ਸੀ ਪਟਵਾਰੀ ਦੀਆਂ ਭਰਤੀਆਂ ਜਿਹੜੀਆਂ ਕਿ ਠੇਕੇ ਆਧਾਰ ਤੇ ਹੋਣੀਆਂ ਨੇ ਸੋ ਰਿਟਾਇਰਡ ਕੈਂਡੀਡੇਟ ਵਾਸਤੇ ਹੋਣੀਆਂ ਨੇ ਸੋ ਤੁਸੀਂ ਜ਼ਰੂਰ ਅਗਰ ਐਲੀਜੀਬਲ ਹੋ ਤਾਂ ਅਪਲਾਈ ਕਰ ਲਓ ਮੈਂ ਤੁਹਾਡੇ ਲਈ ਸਾਰੇ ਜੋਬ ਅਪਡੇਟ ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਜੋਬ ਅਪਡੇਟ ਆਦਰ ਸੀ ਇਸ ਤੋਂ ਇਲਾਵਾ ਹੋਰ ਵੀ ਦੋ ਤੋਂ ਤਿੰਨ ਜਿਹੜੇ ਨੇ ਪੰਜਾਬ ਦੇ ਲਈ ਕੈਂਡੀਡੇਟ ਦੇ ਲਈ ਭਰਤੀਆਂ ਆਊਟ ਹੋਈਆਂ ਨੇ ਜਿਹੜੇ ਕਿ ਮੈਂ ਅਪਡੇਟ ਕਰ ਚ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਔਰ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦੇਣਾ ਸਾਡੀ ਵੈਬਸਾਈਟ www.cloi.com ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਤੁਸੀਂ ਜਿਹੜਾ ਜੀ ਹਰ ਜੋਬ ਅਪਡੇਟ ਲੈ ਆ ਪਾਉਂਗੇ ਸਾਡੀ ਵੈਬਸਾਈਟ ਤੋਂ ਤੇ ਚਲੋ ਇਹ ਸੀਗਾ ਜੀ ਅੱਜ ਦਾ ਜੋਬ ਅਪਡੇਟ ਹੁਣ ਮੈਂ ਤੁਹਾਨੂੰ ਮਿਲਦਾ ਹਾਂ ਜੀ ਨਵੇਂ ਜੋਬ ਅਪਡੇਟ ਦੇ ਨਾਲ ਅਗੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ